ਜਿੱਥੇ ਸਤਲੁਜ ਦਰਿਆ ਦੇ ਕੰਢੇ ਅਵੈਧ ਰੇਤ ਖਨਨ ਦਾ ਮਾਮਲਾ ਇੰਨਾ ਗਰਮਾਇਆ ਹੋਇਆ ਹੈ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਉੱਥੇ ਹੀ ਹੁਣ ਸਤਲੁਜ ਦਰਿਆ ਦੇ ਕੋਲ ਵਸੇ ਜੰਗਲਾਂ 'ਚੋਂ ਨਜਾਇਜ਼ ਤੌਰ 'ਤੇ ਦਰੱਖਤਾਂ ਦੀ ਧੜਾਧੜ ਕਟਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਵਨ ਵਿਭਾਗ ਨੂੰ ਸਥਾਨਕ ਲੋਕਾਂ ਦੁਆਰਾ ਵਾਰ ਵਾਰ ਸ਼ਿਕਾਇਤ ਕੀਤੇ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਪਿੰਡ ਵੇੜਵਾਂ ਦੇ ਵਾਸੀ ਕਾਫ਼ੀ ਨਿਰਾਸ਼ ਨੇ। ਇਹਦੇ ਜੇ ਇੱਥੇ ਕਟਾਈ ਕਰਦੇ ਆ, ਇਹ ਜੋ ਸਰਕਾਰ ਦੇ ਮੁਲਾਜ਼ਮ ਆ ਰੇਂਜ ਅਫਸਰ ਤੋਂ ਲੈ ਕੇ ਜੀ ਅਤੇ ਗਾਰਡ ਬਲਾਕ ਅਫਸਰ, ਇਹਨਾਂ ਦੀ ਮਿਲੀ ਭੁਗਤ ਨਾਲ ਇਹ ਕਟਾਈ ਹੁੰਦੀ ਹੈ ਜੀ। ਜੇ ਅਸੀਂ ਕਿਸੇ ਨੂੰ ਕਹਿੰਦੇ ਹਾਂ ਛੋਟੇ ਮੋਟੇ ਨੂੰ ਤਾਂ ਕੋਈ ਸੁਣਾਈ ਨਹੀਂ ਇਹਨਾਂ ਨੂੰ ਜੀ। ਅਸੀਂ ਸਮੁੱਚੀ ਪੰਚਾਇਤ ਨੇ ਆ ਕੇ, ਸਾਡੇ ਪਿੰਡ ਦੇ ਸੰਦੀਪ ਸਿੰਘ ਸਰਪੰਚ ਆ ਜੀ, ਅਸੀਂ ਸਾਰਿਆਂ ਨੇ ਵੀ ਇੱਕ ਦੋ ਵਾਰੀ ਇਹਨਾਂ ਨੂੰ ਆ ਕੇ ਆਖਿਆ, ਪਰ ਉਹਨਾਂ ਨੇ ਇਸ ਗੱਲ ਤੋਂ ਬਾਜ਼ ਨਹੀਂ ਆਏ ਜੀ। ਜੇ ਰੋਕਣ ਦੇ ਬਾਵਜੂਦ ਵੀ ਇਹ ਸਰਪੰਚ 'ਤੇ ਵੀ ਸਗੋਂ ਝੂਠੀਆਂ ਦਰਖਾਸਤਾਂ ਦੇਣ ਲੱਗ ਗਏ ਜੀ। ਅਤੇ ਜੋ ਇਹ ਸੱਚਾਈ ਆ ਵੀ ਇਹਨਾਂ ਨੂੰ ਜਦੋਂ ਰਾਤ ਨੂੰ ਹਨੇਰੇ ਸਵੇਰੇ ਪਰਦੇ ਨਾਲ ਕਾਟਨ ਕਰਾ ਜਾਂਦੇ ਆ ਵੀ ਅਸੀਂ ਸ਼ੋਅ ਨਾ ਹੋਈਏ, ਅਤੇ ਦਿਨ ਨੂੰ ਬਾਅਦ ਵਿੱਚ ਇਹ ਲੇਬਰ ਲਾ ਕੇ ਅਤੇ ਬੰਦੇ ਮੁੱਢ ਪਟਾ ਦਿੰਦੇ ਆ ਜੀ। ਜੇ ਇਹਨਾਂ ਨੂੰ ਰੋਕਦੇ ਹਾਂ ਵੀ ਇਹ ਇਸ ਤਰ੍ਹਾਂ ਦੇ, ਕਹਿੰਦੇ ਸਾਡਾ ਸਰਕਾਰੀ ਕੰਮ, ਅਸੀਂ ਜੋ ਮਰਜ਼ੀ ਕਰੀਏ, ਤੁਸੀਂ ਕੀ ਲੱਗਦੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਜੀ। ਇੱਥੇ ਦਰਿਆ ਦੇ ਨਾਲ ਨਾਲ ਸਰ ਬਹੁਤ ਸਾਰੇ ਜਿਹੜੇ ਰੁੱਖ ਆ ਉਹ ਕੱਟੇ ਜਾਂਦੇ ਆ, ਅਤੇ ਸਾਡੇ ਪਿੰਡ ਨੂੰ ਇਹਦਾ ਜਿਹੜਾ ਬਹੁਤ ਸਾਰਾ ਖਤਰਾ ਹੈ। ਸਾਉਣ ਭਾਦੋਂ ਦੇ ਵਿੱਚ ਜਿਹੜਾ ਪਾਣੀ ਆ ਉਹਨੇ ਹਰ ਵਾਰ ਆਉਣਾ ਹੀ ਆਉਣਾ ਆ, ਅਤੇ ਸਾਡੇ ਬੰਨ ਦੇ ਨਾਲ ਪਾਣੀ ਲੱਗ ਜਾਂਦਾ, ਅਤੇ ਜੰਗਲ ਦਾ ਕਰਕੇ ਜਿਹੜਾ ਥੋੜ੍ਹਾ ਜਿਹਾ ਬਚਾਅ ਹੁੰਦਾ ਆ, ਅਤੇ ਮੇਰਾ ਖਿਆਲ ਜੇ ਜੰਗਲ ਦੇ ਵਿੱਚ ਇਸੇ ਤਰ੍ਹਾਂ ਧੜਾ ਧੜ ਜਿਹੜਾ ਰੁੱਖ ਕੱਟੇ ਗਏ ਤਾਂ ਉਹ ਦਿਨ ਦੂਰ ਨਹੀਂ ਗਾ ਜਦੋਂ ਫਿਰ ਸਾਡੇ ਪਿੰਡ ਨੂੰ ਵੀ ਜਿਹੜਾ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈ। ਅਤੇ ਬਹੁਤ ਦਫਾ ਪਿੰਡ ਦੀ ਪੰਚਾਇਤ ਵੱਲੋਂ, ਬਹੁਤ ਸਾਰੇ ਜਿਹੜੇ ਪਿੰਡ ਦੇ ਬਛਿੰਦਿਆਂ ਦੇ ਵੱਲੋਂ ਜਿਹੜਾ ਉਹ ਲਿਖ ਕੇ ਉੱਪਰ ਤੱਕ ਜਿਹੜਾ ਦਿੱਤਾ ਗਿਆ ਆ, ਪਰ ਉਹਦੇ ਵਿੱਚ ਮੇਰਾ ਖਿਆਲ ਤਾਂ ਇਹੀ ਹੈ ਜੀ ਸਾਡੇ ਜਿਹੜੇ ਇਸ ਮਹਿਕਮੇ ਦੇ ਬੰਦੇ ਇਨਵੋਲਵ ਆ, ਜਿਹਦਾ ਕਰਕੇ ਜਿਹੜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ, ਅਤੇ ਅੱਜ ਤੱਕ ਨਾ ਕਦੇ ਕਿਸੇ ਨੇ ਆ ਕੇ ਦੇਖਿਆ ਹੀ ਆ ਕਿ ਇੱਥੇ ਜਿਹੜੇ ਰੁੱਖਾਂ ਦੀ ਗਿਣਤੀ ਆ ਉਹ ਪੂਰੀ ਆ ਜਾਂ ਨਹੀਂ। ਅਤੇ ਬਿਲਕੁਲ ਜੀ, ਬਹੁਤ ਜ਼ਿਆਦਾ ਨੁਕਸਾਨ ਜਿਹੜਾ, ਕਿੰਨੇ ਕੁ ਜਿਹੜੇ ਰੁੱਖ ਹੈਗੇ ਇੱਥੋਂ ਕੱਟੇ ਜਾ ਚੁੱਕੇ ਹੋਣਗੇ ਤੁਹਾਡੇ ਸਾਹਿਬ? ਬਹੁਤ ਸਾਰੇ ਜੀ, ਬਹੁਤ ਸਾਰੇ, ਅਤੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਇੱਥੇ ਰੁੱਖ ਆ ਉਹ ਕੱਟੇ ਗਏ ਆ। ਅਤੇ ਅਸੀਂ ਦੇਖਦੇ ਹਾਂ ਕਿ ਜੰਗਲ ਦੇ ਵਿੱਚ ਅਸੀਂ ਸ਼ੁਰੂ ਤੋਂ ਇੱਥੇ ਜੰਮੇ ਹਾਂ, ਇੱਥੇ ਖੇਡੇ ਹਾਂ, ਅਤੇ ਬੰਦੇ ਨੂੰ ਬੰਦਾ ਨਹੀਂ ਸੀ ਦੱਸਦਾ ਹੁੰਦਾ ਇੰਨਾ ਸੰਘਣਾ ਜੰਗਲ ਸੀਗਾ, ਪਰ ਅੱਜ ਅਸੀਂ ਦੇਖਦੇ ਹਾਂ ਜੀ ਅਤੇ ਬਹੁਤ ਜ਼ਿਆਦਾ ਜਿਹੜਾ ਉਹ ਵਿਰਲਾ ਹੋ ਗਿਆ। ਉਧਰ ਦੂਜੇ ਪਾਸੇ ਜਦ ਸਾਡੀ ਟੀਮ ਵੱਲੋਂ ਫੋਰੈਸਟ ਗਾਰਡ ਦੀਪਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਤੇ ਆਪਣੀ ਸਫਾਈ ਦਿੰਦੇ ਹੋਏ ਕਾਰਵਾਈ ਕਰਨ ਦੀ ਗੱਲ ਆਖੀ। ਜਿਹੜੇ ਕਟਾਈ ਹੋਈ ਹੈ ਜੀ ਉਹਦੇ ਖਿਲਾਫ ਅਸੀਂ ਡੀਆਰਾਂ ਕੱਢੀਆਂ ਹੋਈਆਂ, ਸਾਰੀ ਕਾਰਵਾਈ ਕੀਤੀ ਹੋਈ ਮਹਿਕਮੇ ਵੱਲੋਂ। ਉਹ ਪਿੰਡ ਵਾਸੀਆਂ ਦਾ ਵੀ ਕਹਿਣਾ ਹੈਗਾ ਵੀ ਕੁਛ ਬੰਦੇ ਜਿਹੜੇ ਆ ਉਹਨੂੰ ਡਿਪਾਰਟਮੈਂਟ ਤਨਖਾਹਾਂ ਦੇ ਰਿਹਾ ਹੈਗਾ, ਲੇਕਿਨ ਉਹ ਉੱਥੋਂ ਦੇ ਦੁਕਾਨਦਾਰ ਨੇ ਸਿੰਪਲ ਕੰਮ ਕਰਦੇ ਨੇ ਔਰ ਉਹੀ ਕਟਾਈ ਕਰਵਾਉਂਦੇ ਹੈਗੇ ਨੇ। ਨਹੀਂ ਜੀ, ਗਲਤ ਹੈ ਜੀ। ਕਿੰਨੀਆਂ ਡੀਆਰਾਂ ਕੱਟੀਆਂ ਹੋਈਆਂ ਤੁਸੀਂ? ਡੀਆਰ ਜਿੰਨੀਆਂ ਬੰਦੀਆਂ ਹੀ ਕੱਟੀਆਂ ਹੋਈਆਂ, ਜਿੰਨੇ ਰੁੱਖ ਟੀਚੇ ਹੋਏ। ਅੰਦਾਜ਼ਾ ਕਿੰਨੇ ਕੱਟੇ ਗਏ ਹੋਣਗੇ ਤੁਹਾਡੇ ਹਿਸਾਬ ਨਾਲ? ਮੇਰੇ ਚਾਰਜ ਕੋਈ ਜਿੰਨੇ ਕੁ ਟੀਚੇ ਹੀ 20-30 ਮੈਂ ਤਾਂ ਕੱਟੀਆਂ ਹੋਈਆਂ ਡੀਆਰਾਂ। ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲ ਆ ਚੁੱਕੀਆਂ ਇਸ ਤੋਂ? ਸ਼ਿਕਾਇਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਜੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕਾਰਵਾਈ ਚਾਲੂ ਹੋਣ 'ਚ ਕਿੰਨਾ ਕੁ ਸਮਾਂ ਲੱਗੇਗਾ ਜਾਂ ਫਿਰ ਕਾਰਵਾਈ ਹੁੰਦੀ ਵੀ ਹੈ ਜਾਂ ਨਹੀਂ। ਮੋਗਾ ਤੋਂ ਵਿਪਨ ਔਕਾਰਾ ਦੀ ਰਿਪੋਰਟ।